ਕੋਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸਟ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਜਰੂਰ ਕਰ ਲਿਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ 7380026173 ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਾਉਣੀ ਆ ਆਪਦੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵਧੀਆ ਪੂਰੀ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਐਡ ਤੁਹਾਡੀ ਲਗਾ ਦੇਵਾਂਗੇ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਅੱਜ ਵੀਡੀਓ ਦੇ ਵਿੱਚ ਜਿਹੜੀ ਕੋਠੀ ਹੈ ਉਹਦਾ ਰੇਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਪਹਿਲਾਂ ਹੀ ਆਪਾਂ ਉੱਪਰ ਲਿਖ ਕੇ ਲਾ ਰੱਖਿਆ ਸੀਗਾ ਸਿਰਫ 18 ਲੱਖ ਦੀ ਆਪਾਂ ਕੋਠੀ ਤੇ ਸਾਰੀ ਤਿਆਰ ਕੀਤੀ ਹੋਈ ਬਹੁਤ ਸੋਹਣੀ ਲੈ ਕੇ ਪਹੁੰਚਿਆ ਆਹ ਵਾਰ ਗਲੀ ਲੱਗਦੀ ਆ ਤੇ ਪਰਲੇ ਪਾਸੇ ਤੁਸੀਂ ਦੁਕਾਨਾਂ ਦੇਖੀਆ ਹੋਣ ਗਿਆ ਉਹ ਇਹਨਾਂ ਨੂੰ ਝੌਂਕ ਲੱਗਦਾ ਚੀ ਤੇ ਕੋਠੀ ਦਾ ਮੇਨ ਗੇਟ ਆ ਗਿਆ ਤੇ ਆਹ ਜੀ ਇੱਕ ਬਾਹਰਲੀ ਸਾਈਡ ਇਹਨਾਂ ਨੇ ਦੁਕਾਨ ਬਣਾਈ ਹੋਈ ਹੈ ਨਵੀਂ ਬਣੀ ਹੈ ਦੁਕਾਨ ਤਾਂ ਸ਼ਟਰ ਲੱਗਣ ਵਾਲਾ ਪਿਆਗਾ ਤੇ ਅੰਦਰ ਆਪਾਂ ਚੱਲਦੇ ਹੁਣ ਵੇੜਾ ਤੁਸੀਂ ਦੇਖੋ ਕੋਠੀ ਦਾ ਵੇੜਾ ਜਿਹੜਾ ਬਹੁਤ ਵੱਡਾ ਹੈ ਕਾਫੀ ਡਬਲ ਕੋਠੀ ਆਪਣੇ ਕੋਲੇ ਪਹੁੰਚੀ ਆ ਤੇ ਕੋਠੀ ਤੁਸੀਂ ਅੰਦਰੋਂ ਦੇਖੋਗੇ ਦੇਖਦੇ ਰਹੋਗੇ ਤੁਸੀਂ ਵਾਕਈ ਕਹੋਗੇ ਵੀ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਬਾਕੀ ਅਧਰਲੇ ਪਾਸੇ ਥੋੜੀ ਜੀ ਇਹਨਾਂ ਨੇ ਜਗ੍ਹਾ ਕੱਚੀ ਛੱਡੀ ਹੋਈ ਆ ਇੱਥੇ ਇਹਨਾਂ ਨੇ ਪਾਰਕ ਬਣਾਉਣਾ ਸੀਗਾ ਤੇ ਬੁੱਝੇ ਦਾ ਤਾਲਾ ਰੱਖਿਆ ਤੇ ਜੋ ਵੀ ਘਾ ਵਗੈਰਾ ਹੁੰਦਾ ਉਹ ਲਾਉਣ ਵਾਲਾ ਪਿਆ ਹਲੇ ਬਾਕੀ 베ੜੇ ਦੇ ਵਿੱਚ ਸਾਰੇ ਕਿਤੇ ਲੋਕ ਟਾਈਲਸ ਲੱਗੀਆਂ ਹੋਈਆਂ ਤੇ ਇੱਕ ਪਾਸੇ ਚੁੰਡ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਬਾਥਰੂਮ ਤੇ ਫਲਸ਼ ਤੇ ਵਿਚਾਲੇ ਇੱਕ ਛੋਟੀ ਜੀ ਗੈਲਰੀ ਬਣਾਈ ਹੋਈ ਆ ਆ ਆਪਣਾ ਆ ਗਿਆ ਜੀ ਬਾਥਰੂਮ ਸਾਰੀਆਂ ਟਾਈਲਾਂ ਪੂਰੀਆਂ ਟ੍ਰੈਂਡਿੰਗ ਲਾਈਆਂ ਹੋਈਆਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਅੰਦਰ ਸਾਰਾ ਸਮਾਨਾ ਲੱਗਿਆ ਹੋਇਆ ਜੋ ਵੀ ਕੁਝ ਹੁੰਦਾ ਜੀ ਵਧੀਆ ਨੀਚੇ ਟਾਈਲਾਂ ਲੱਗੀਆਂ ਹੋਈਆਂ ਤੇ ਜੋ ਵੀ ਜੋੜੀਆਂ ਲੱਗੀਆਂ ਹੋਈਆਂ ਵਧੀਆ ਇਹਨਾਂ ਨੇ ਲਵਾਈਆਂ ਹੋਈਆਂ ਵਿਚਾਲੇ ਗੈਲਰੀ ਇਹਨਾਂ ਨੇ ਰੱਖੀ ਹੋਈ ਹੈ ਗੈਲਰੀ ਵਿਚਾਲੇ ਇਸ ਕਰਕੇ ਹੈ ਜੀ ਕਿ ਆਪਾਂ ਸਮਾਨ ਜੋ ਵੀ ਹੈਗਾ ਜਿਵੇਂ ਕਿ ਆਪਣੀ ਇੱਕ ਤਾਂ واਸ਼ਿੰਗ ਮਸ਼ੀਨ ਆ ਗਈ ਜੋ ਵੀ ਕੱਪੜੇ ਧੋਣ ਵਾਸਤੇ ਸਮਾਨ ਹੁੰਦਾ ਜਿਵੇਂ ਕਿ ਵਾਲਟੀਆਂ ਵਗੈਰਾ ਜੋ ਵੀ ਆਪਣਾ ਹੁੰਦਾ ਜਿਵੇਂ ਕਿ ਡਰਮ ਵਗੈਰਾ ਉਹ ਰੱਖਣ ਵਾਸਤੇ ਤੇ ਆ ਗਿਆ ਜੀ ਫਰੰਟ ਤੇ ਉੱਪਰ ਆਪਾਂ ਚਾਉਦੇ ਹਾਂ ਥੋੜਾ ਜਿਹਾ ਪਹਿਲਾਂ ਉੱਪਰੋਂ ਦੇਖ ਲੈਨੇ ਆ ਬਾਹਰੋਂ ਦੇਖ ਲੈਨੇ ਆ ਬਾਅਦ ਚ ਸਾਰੀ ਕੁਠੀ ਤੁਹਾਨੂੰ ਅੰਦਰੋਂ ਦਿਖਾਉਣਾ ਮੈਂ ਪੋੜੀਆਂ ਦੇਖ ਲਓ ਤੁਸੀਂ ਪੋੜੀਆਂ ਵਧੀਆ ਬਣੀਆਂ ਹੋਈਆਂ ਤੇ ਉੱਪਰੋਂ ਜਿਹੜੀ ਛੱਤ ਐ ਸਾਰੀ ਦੀ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਐ ਇਟਾਂ ਲਾ ਕੇ ਪੱਕੀ ਕੀਤੀ ਹੋਈ ਐ ਉੱਪਰ ਸਿਮਿੰਟ ਸਾਰੇ ਢੋਲੂਆ ਬਣਾ ਕੇ ਪਾਇਆ ਹੋਇਆਗਾ ਤੇ ਵਧੀਆ ਏਰੀਆ ਚੋਂ ਆਪਣੇ ਕੋਲੇ ਆ ਕੋਠੀ ਪਹੁੰਚੀ ਆ ਆਸੇ ਪਾਸੇ ਪੂਰਾ ਰਿਹਾਇਸ਼ੀ ਏਰੀਆ ਵਧੀਆ ਇਹਨਾਂ ਦਾ ਏਰੀਆ ਜਿਹੜਾ ਮਤਲਬ ਇਹਨਾਂ ਦਾ ਪਿੰਡ ਜੀ ਜਿਵੇਂ ਸ਼ਹਿਰ ਵਰਗਾ ਵਧੀਆ ਦੁਕਾਨਾਂ ਵਗੈਰਾ ਸਾਰੀਆਂ ਬਣੀਆਂ ਹੋਈਆਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਫਰੀਦਕੋਟ ਏਰੀਏ ਚ ਸਦਕ ਇਹਨਾਂ ਦਾ ਪਿੰਡ ਜੀ ਸ਼ਹਿਰ ਵਰਗਾ ਤੇ ਪਿੰਡ ਦੇ ਵਿੱਚ ਆ ਵਧੀਆ ਕੋਠੀ ਬਣੀ ਹੋਈ ਆ ਡਿਮਾਂਡ ਸਿਰਫ 18 ਲੱਖ ਰੁਪਈਆ ਬਾਕੀ ਲੈਸ ਬਸ ਮੌਕੇ ਤੇ ਹੋ ਜਾਊਗਾ ਬਾਹਰਲੀ ਸਾਈਡੋਂ ਸਾਰੀ ਕੋਠੀ ਆ ਜਿਹੜੀ ਕਲਰ ਕੀਤੀ ਹੋਈ ਆ ਤੇ ਅੰਦਰੋਂ ਤੁਹਾਨੂੰ ਮੈਂ ਦਿਖਾਉਣਾ ਅੰਦਰੋਂ ਕੋਈ ਕਲਰ ਆ ਜੇ ਆਪਾਂ ਨੂੰ ਪੀਵੀਸੀ ਨਹੀਂ ਮਿਲਣੀ ਅੰਦਰੋਂ ਸਾਰੀ ਕੋਠੀ ਇਹਨਾਂ ਨੇ ਵਾਲਪੇਪਰ ਕਰਵਾਈ ਹੋਈ ਹੈ ਛੱਤ ਵੀ ਵਾਲਪੇਪਰ ਸਾਰੀਆਂ ਕੰਧਾਂ ਕਿਚਨ ਹਰ ਚੀਜ਼ ਤੇ ਬਹੁਤ ਸੋਹਣੀ ਇਹਨਾਂ ਨੇ ਸਾਰੀ ਕੋਠੀ ਜਿਹੜੀ ਤਿਆਰ ਕਰਵਾਈ ਹੋਈ ਹੈ ਨੀਚੇ ਫਰਸ਼ ਆਪਾਂ ਨੂੰ ਕੱਲਾ ਸਿਮਿੰਟਡ ਮਿਲੂਆ ਬਾਕੀ ਸਾਰਾ ਕੁਝ ਤਿਆਰ ਕਰਵਾਇਆ ਹੋਇਆ ਕੱਲਾ ਫਰਸ਼ ਦੀ ਕਮੀ ਹੈ ਜੀ ਉਹ ਆਪਾਂ ਕਰਵਾ ਸਕਦੇ ਹਾਂ ਬਾਕੀ ਠੀਕ ਪਿਆਗਾ ਜੇ ਇਦਾਂ ਹੀ ਰੱਖਣਾ ਇਦਾਂ ਵੀ ਕੰਮ ਚੱਲ ਜੂਗਾ ਜੇ ਮਾਰਬਲ ਪੱਥਰਾ ਜੋ ਆਪਾਂ ਲਵਾਉਣੀ ਹੋਣ ਟਾਈਲਸ ਉਹ ਆਪਣੀ ਮਰਜ਼ੀ ਆ ਬਾਕੀ ਆ ਗਿਆ ਜੀ ਇਹਨਾਂ ਦਾ ਡਰਾਈਂਗ ਰੂਮ ਬੈਕ ਸਾਈਡ ਲ lobby area ਸੀਗਾ ਜਿੱਥੇ AC ਵਗੈਰਾ ਲੱਗਿਆ ਹੋਇਆ ਸੀਗਾ ਤੇ ਆਪਣੀ ਅੱਗੇ ਆਜੂਗਾ ਇੱਕ ਬੈਡਰੂਮ ਜੀ ਬੈਡਰੂਮ ਬਹੁਤ ਵਧੀਆ ਬਣਿਆ ਹੋਇਆ ਹੈ ਵਾਲਪੇਪਰ ਚੜੇ ਹੋਏ ਹੈ ਕੰਧਾਂ ਤੇ ਉੱਪਰ نیچے ਤੇ ਜੋ ਵੀ ਇਹਨਾਂ ਨੇ ਜੋੜੀਆਂ ਲਵਾਈਆਂ ਹੋਈਆਂ ਜੋੜੀਆਂ ਇਹਨਾਂ ਨੇ ਬਹੁਤ ਵਧੀਆ ਲਗਵਾਈਆਂ ਹੋਈਆਂ ਤੇ ਸਾਰੀਆਂ ਇੱਕੋ ਜਿਹੀਆਂ ਲਗਵਾਈਆਂ ਹੋਈਆਂ ਜਿੱਥੇ ਜੋੜੀਆਂ ਲੱਗੀਆਂ ਜਿੰਨੀਆਂ ਲੱਗੀਆਂ ਸਾਰੀਆਂ ਇੱਕੋ ਜਿਹੀਆਂ ਤੇ ਆ ਜਿਹੜਾ ਕਮਰਾ ਸੀਗਾ ਆ ਵੀ ਕਾਫੀ ਡਬਲ ਹੈਗਾ ਇਹਦੇ ਵਿੱਚ ਵੀ ਵਾਲਪੇਪਰ ਇਹਨਾਂ ਨੇ ਲਗਵਾਇਆ ਹੋਇਆ ਹੈ ਕਾਫੀ ਵੱਡਾ ਲੰਮਾ ਚੌੜਾ ਆਹ ਕਮਰਾ ਹੈ ਮਾਲਕ ਕਹਿੰਦੇ ਵੀ ਅੱਧਾ ਇਹਨੂੰ ਆਪਾਂ ਬੈੱਡਰੂਮ ਬਣਾ ਸਕਦੇ ਹਾਂ ਤੇ ਅੱਧਾ ਇਹਨੂੰ ਆਪਾਂ ਸਟੋਰ ਰੂਮ ਵੀ ਬਣਾ ਸਕਦੇ ਹਾਂ ਉਹ ਆਪਣੀ ਮਰਜ਼ੀ ਆ ਆਪਾਂ ਕੀ ਬਣਾਉਣਾ ਚਾਹੀਏ ਬਾਕੀ ਜੋ ਵੀ ਬਾਸਪੇਸ਼ਨ ਏਰੀਆ ਬਹੁਤ ਵਧੀਆ ਇਹਨਾਂ ਨੇ ਬਣਾਇਆ ਹੋਇਆ ਜਿਵੇਂ ਕਿ ਕਿਚਨ ਕਿਚਨ ਦੀ ਜਿਹੜੀ ਬਾਹਰਲੀ ਕੰਧ ਉੱਥੇ ਇਹਨਾਂ ਨੇ ਇੱਕ ਬਾਸਪੇਸ਼ਨ ਰੱਖਿਆ ਹੋਇਆ ਬਹੁਤ ਵਧੀਆ ਸ਼ੀਸ਼ਾ ਬਹੁਤ ਵਧੀਆ ਲੱਗਿਆ ਹੋਇਆ ਬਾਕੀ ਕੋਠੀ ਕਾਫੀ ਡਬਲ ਹੈਗੀ ਤੇ ਜੋ ਵੀ ਸਾਰੀਆਂ ਕੰਧਾਂ ਨੇ ਚਾਰ ਦੁਵਾਰੀਆਂ ਸਾਰੇ ਕਿਤੇ ਇਹਨਾਂ ਨੇ ਪਲਸਤਰ ਕਰਵਾਈਆਂ ਹੋਈਆਂ ਤੇ ਕੋਠੀ ਤੁਸੀਂ ਦੇਖ ਰਹੇ ਹੋ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲ ਕੇ ਕਿਉਂਕਿ ਆਪਾਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੇਂ ਤੋਂ ਨਵੇਂ ਵੀਡੀਓ ਤੇ ਨਮੀ ਕੂਠੀਆਂ ਲੈ ਕੇ ਹਰ ਰੋਜ਼ ਆਉਂਦ ਰਹੇ ਨੇ ਜੀ ਆਪਣੇ ਕੋਲੇ ਸਿਰਫ 18 ਲੱਖ ਦੀ ਡਿਮਾਂਡ ਦੇ ਵਿੱਚ ਆ ਕੋਠੀ ਪਹੁੰਚੀ ਆ ਤੇ ਪਿੰਡ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸ਼ਹਿਰ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਹੜਾ ਲੱਗਦਾ ਇਹਨਾਂ ਨੂੰ ਬਾਕੀ ਓਨਰ ਦਾ ਨੰਬਰ ਆਪਾਂ ਦੇ ਦਿੱਤਾ ਸੀਗਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਤੁਹਾਨੂੰ ਨੋਟ ਵੀ ਮੈਂ ਕਰਵਾ ਦਿਨਾਗਾ ਨੰਬਰ ਕਰੋ ਨੋਟ 97 814 88595 ਦੁਬਾਰਾ ਫਿਰ ਨੋਟ ਕਰ ਲਓ ਜੀ ਕਨਫਰਮ ਕਰ ਲਓ 97814 88595 ਇਸ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਜੋ ਵੀ ਗੱਲਬਾਤ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਬਾਕੀ ਵੀਡੀਓ ਸਾਰੀ ਦੇਖ ਲਈ ਤੇ ਕੋਠੀ ਜਿਹੜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਸੱਚੀ ਦੱਸੋ ਤੇ ਕਮੈਂਟ ਕਰਿਓ ਜਰੂਰ ਵੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਇਹਨਾਂ ਨੇ ਇੱਕ ਤਾਂ ਬਿਹੜੇ ਦੇ ਵਿੱਚ ਸਾਰੇ ਕਿਤੇ ਲੋਕ ਟਾਈਲਸ ਲਗੀਆਂ ਹੋਈਆਂ ਜਦੋਂ ਸਾਰੇ ਬਿਹੜੇ ਦੇ ਵਿੱਚ ਲੋਕ ਕਿਟਾਂ ਲਗੀਆਂ ਹੋਣ ਤਾਂ ਪੂਰੀ ਕੋਠੀ ਦੀ ਰੂਹ ਬਣ ਜਾਂਦੀ ਹੈ ਦੂਜੀ ਗੱਲ ਇਹਨਾਂ ਨੇ ਵਾਲ ਪੇਪਰ ਲਾਈ ਹੋਈ ਸੀਗੀ ਤੇ ਥੋੜੀ ਜਿਹੀ ਕਮੀ ਰਹਿੰਦੀ ਹੈ ਨੀਚੇ ਫਰਸ਼ ਵੱਲੋਂ ਝੀ ਉਹ ਠੀਕ ਪਿਆ ਬਾਕੀ ਜੇ ਆਪਾਂ ਪੱਥਰ ਲਗਵਾ ਲਈਏ ਜਾਂ ਫਿਰ ਟਾਈਲਾਂ ਲਗਵਾ ਲਈਏ ਤਾ ਕੋਠੀ ਜਿਹੜੀ ਪੂਰੀ ਮੂੰਹੋਂ ਬੋਲਣ ਲੱਗ ਜੂਗੀ ਜੀ। ਬਾਕੀ ਕਮੀ ਕੋਈ ਨਹੀਂ ਹੈਗੀ। ਜੇ ਆਪਾਂ ਖਰੀਦਦੇ ਹਾਂ ਸਿੱਧਾ ਰਹਿਣਾ ਸਟਾਰਟ ਕਰ ਦਿਆਂ ਤਾਂ ਕੋਈ ਚੱਕਰ ਵਾਲੀ ਗੱਲ ਹੈ ਨਹੀਂਗੀ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸਾਰੇ ਜਣੇ ਤੇ ਮਾਲਕ ਦਾ ਜਿਹੜਾ ਨੰਬਰ ਆਪਾਂ ਤੁਹਾਨੂੰ ਨੋਟ ਕਰਵਾ ਹੀ ਦਿੱਤਾ। ਤੇ ਸਾਰੇ ਜਣੇ ਦੇਖੋ ਤੇ ਸਾਰੇ ਜਣੇ ਲਾਈਕ ਕਰੋ। ਕਿਸੇ ਨੇ ਖਰੀਦਣੀ ਹੋਵੇ ਤਾਂ ਫੋਨ ਕਰੋ ਜੀ ਮਾਲਕ ਨੂੰ। ਤੇ ਸਾਰੇ ਜਣੇ ਮਿਲ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਤੇ ਆਪਣਾ 1 ਲੱਖ ਦਾ ਪਰਿਵਾਰ ਹੋਣ ਵਾਲਾ ਜੀ ਚੈਨਲ ਦਾ ਤੇ ਸਾਰੇ ਜਣੇ ਮਿਲ ਕੇ ਸਬਸਕ੍ਰਾਈਬ ਕਰ ਦੋ 1 ਲੱਖ ਜਲਦੀ ਪਹੁੰਚਾ ਦੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਮਰੀਆ ਭੈਣਾ ਮਰੀਆ ਮਾਤਾ ਮੈਂ ਮੇਰੇ ਵੱਡੇ ਬਜ਼ੁਰਗ ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਇਸੇ ਤਰ੍ਹਾਂ ਬਸ ਆਪ ਦਾ ਪਿਆਰ ਬਣਾ ਕੇ ਰੱਖਿਓ ਜੀ ਇਸੇ ਤਰ੍ਹਾਂ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਕੋਠੀ ਦੇਖਣੀ ਹੈ ਕਿੰਨੇ ਰੇਡ ਤੱਕ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਿਆ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ